ਉੱਚਾ ਖੁਣ ਹੋਰ ਉੱਚਾ ਖੁਣ ਹੋਰ ਉੱਚਾ ਖੁਣ ਇਸਲਾਮ। ਹੁਣ ਸਾਡੇ ਸਾਹਮਣੇ ਮਕਸੂਦ ਮੁਤਾਇਨ ਨੇ ਤੇ ਉਹਦੇ ਰਾਹ ਵੀ ਸਾਨੂੰ ਲੱਭ ਜਾਣੇ ਚਾਹੀਦੇ ਨੇ, ਕਿਉਂਕਿ ਮਕਸੂਦ ਆ ਵੀ ਮੈਨੂੰ ਸ਼ਿਫਾ ਮਿਲ ਜਾਵੇ, ਰਾਹ ਆ ਵੀ ਡਾਕਟਰ ਕੋਲ ਜਾਵਾਂ, ਹਕੀਮ ਕੋਲ ਜਾਵਾਂ, ਫਲਾਣੇ ਵੇਦਕ ਕੋਲ ਜਾਵਾਂ ਤੇ ਮੇਰੀ ਮਰਜ਼ ਚਲੀ ਜਾਏ। ਮਕਸੂਦ ਵੀ ਮੁਤਾਇਨ ਹੋ ਗਿਆ ਤੇ ਰਾਹ ਵੀ ਸਾਨੂੰ ਲੱਭ ਗਿਆ। ਮਕਸੂਦ ਤੇ ਇਸਲਾਮ ਹੈ ਅੱਲਾ ਦੀ ਰਜ਼ਾ, ਔਰ ਉਸ ਮਕਸੂਦ ਦਾ ਤਾਇਨ ਹੋਣੇ ਦੇ ਨਾਲ ਨਾਲ ਸਾਡੀ ਜ਼ਿੰਮੇਵਾਰੀ ਕਿ ਅਸੀਂ ਹਜ਼ੂਰ ਅਲੈਹਿ ਸਲਾਮ ਦੀ ਤਬਾਹ ਕਰੀਏ ਔਰ ਨਬੀ ਅਲੈਹਿ ਸਲਾਮ ਦੇ ਬਤਾਏ ਹੋਏ ਤਰੀਕਿਆਂ ਨੂੰ ਅਸੀਂ ਕਬੂਲ ਕਰੀਏ, ਇਹਨਾਂ ਰਸਤਿਆਂ ਦੇ ਉੱਤੇ ਚੱਲਦੇ ਰਹੀਏ। ਇਸ ਵਾਸਤੇ ਸਾਨੂੰ ਤਰੀਕਾ ਵੀ ਆ ਗਿਆ, ਲੋੜ ਕਾਢੀਏ। ਆਖੋ ਤੌਫੀਕ ਦੀ, ਬੋਲੋ ਦੀ ਤੌਫੀਕ ਹੋਵੇਗਾ ਤਾਂ ਨਮਾਜ਼ ਪੜ੍ਹੇਗਾ, ਤੌਫੀਕ ਹੋਵੇਗੀ ਤਾਂ ਰੋਜ਼ਾ ਰੱਖੇਗਾ, ਤੌਫੀਕ ਹੋਵੇਗੀ ਤਾਂ ਦੋ ਰੁਪਏ ਖੁਦਾ ਦੇ ਰਾਤ ਖੜੇ ਕਰੇਗਾ, ਤੌਫੀਕ ਹੋਵੇਗੀ ਤਾਂ ਮਸਜਿਦ ਜਾਗਾ, ਤੌਫੀਕ ਹੋਵੇਗੀ ਤੇ ਰੋਜ਼ਾ ਰੱਖੇਗਾ, ਤੌਫੀਕ ਹੋਵੇਗੀ। ਇਸ ਵਾਸਤੇ ਨਾਲ ਤੌਫੀਕ ਦੀ ਵੀ ਜ਼ਰੂਰਤ ਹੈ। ਹੁਣ ਮਸਲਾ ਖੁੱਲ ਗਿਆ ਕਿ ਦੁਨੀਆ ਦੇ ਅੰਦਰ ਅੱਲਾਹ ਤਾਲਾ ਉਹਨਾਂ ਨਾ ਸਮਝਾਂ ਕੋਲ ਬਚਾਵੇ ਜਿਹਨਾਂ ਨੂੰ ਅੱਜ ਤੱਕ ਮਕਸੂਦ ਦਾ ਪਤਾ ਨਹੀਂ ਲੱਗਾ ਵੀ ਅਸੀਂ ਦੁਨੀਆ ਤੇ ਕਿਉਂ ਆਇਆ, ਦੁਨੀਆ ਤੇ ਕਿਉਂ ਆਇਆ। ਉਹਨਾਂ ਨੂੰ ਅੱਲਾਹ ਤਾਲਾ ਨੇ ਕੀ ਆਖਿਆ? ਆਖੋ, ਅੱਲਾਹ ਤਾਲਾ ਨੇ ਚਾਰ ਪਾਏ ਆਖਿਆ, ਫਰਮਾ ਉਲਾਇਕਾ ਕਲ ਅਨਾਮ ਬਲ ਹੁਮ ਅਦਲ। ਅੱਲਾ ਫਰਮਾਉਂਦਾ ਉਹਨ ਚਾਰ ਪਾਇਆਂ ਤੋਂ ਵੀ ਭੈੜੇ ਨੇ ਜਿਹਨਾਂ ਨੂੰ ਮਕਸੂਦ ਪਤਾ ਨਹੀਂ। ਚਾਰ ਪਾਇਆਂ ਨੂੰ ਕਮ ਅਜ਼ ਕਮ ਆਪਣਾ ਕਿੱਲਾ ਤੇ ਪਤਾ, ਟੁੱਕ ਕਹਿੰਦੇ ਖਲੋ ਜਾਂਦਾ, ਥਾਂ ਤੇ ਚਲਾ ਜਾਂਦਾ, ਖਾਂਦਾ ਜਿਸ ਮਕਾਮ ਵਿੱਚ ਲੈ ਜਾਂਦੇ ਉੱਥੇ ਚਲਾ ਜਾਂਦਾ, ਬੋਲੀਆਂ ਬੋਲਦੇ ਹੋ ਮੁੜਦਾ ਚਲਾ ਜਾਂਦਾ। ਫਰਮਾਇਆ ਉਹ ਚਾਰ ਪਾਇਆਂ ਤੋਂ ਵੀ ਬਦਤਰ ਹੈ ਜਿਸ ਨੂੰ ਆਪਣਾ ਮਕਸੂਦ ਦੁਨੀਆ ਦੀ ਆਮਦ ਦਾ ਨਹੀਂ ਪਤਾ। ਮਕਸੂਦ ਵੀ ਪਤਾ ਲੱਗ ਗਿਆ ਤੇ ਤਰੀਕਾ ਵੀ ਪਤਾ ਲੱਗ ਗਿਆ ਵੀ ਹਜ਼ੂਰ ਅਲੈਹਿ ਸਲਾਮ ਦੀ ਤਬਾਹ ਕਰਨੀ ਹੈ ਤੇ ਨਬੀ ਅਲੈਹਿ ਸਲਾਮ ਦੀ ਤਾਬੇਦਾਰੀ ਕਰਨੀ ਹੈ ਤੇ ਨਾਲ ਤੌਫੀਕ ਦੀ ਲੋੜ ਹੈ। ਤਾਂ ਤਿੰਨ ਤਾਂ ਕਿਸਮਾਂ ਉਹਨਾਂ ਦੱਸੀਆਂ ਤੇ ਇੱਕ ਉਹ ਦੱਸਿਆ ਵੀ ਜਿਹੜਾ ਇਹ ਆਦਮੀ ਉਹਦੇ ਕੋਲ ਤੌਫੀਕ ਵੀ ਹੈ, ਸਮਝਦਾ ਵੀ ਮਕਸੂਦ ਵੀ ਮੁਤਾਇਨ ਹੈ ਜੇ ਮੈਂ ਮਰਜ਼ ਤੋਂ ਸ਼ਿਫਾ ਪਾ ਜਾਂ ਪਰ ਆਖਦਾ ਆਪੇ ਵੱਲ ਹੋ ਜਾਵਾਂਗਾ। ਕੀ ਆਖਦਾ ਹੈ ਅੱਲਾਹ ਉਹਦੇ ਕੋਲ ਬਚਾਵੇ ਜਿਹੜਾ ਇਸਲਾਮ ਨੂੰ ਮਕਸੂਦ ਵੀ ਜਾਣਦਾ, ਹਜ਼ੂਰ ਅਲੈਹਿ ਸਲਾਮ ਦੀ ਤਬਾਹ ਜ਼ਰੂਰੀ ਵੀ ਸਮਝਦਾ ਔਰ ਉਹਦੇ ਕੋਲ ਤੌਫੀਕ ਵੀ ਮੌਜੂਦ ਹੈ ਮਗਰ ਕਰਦਾ ਸ਼ਰਦਾ। ਆਹਦਾ ਰੱਬ ਨੂੰ ਮੇਰੀਆਂ ਨਮਾਜ਼ਾਂ ਦੀ ਕਿਹੜੀ ਲੋੜ ਹੈ, ਰੱਬ ਨੂੰ ਮੇਰੇ ਰੋਜ਼ਿਆਂ ਦੀ ਕਿਹੜੀ ਲੋੜ ਹੈ। ਯਾ ਉਹ ਆਦਮੀ ਜਿਸ ਦੇ ਦਿਲ ਵਿੱਚ ਇਸਲਾਮ ਆਇਆ ਤਾਂ ਹੈ ਲੇਕਿਨ ਉਹਨੂੰ ਮੁਹੱਬਤ ਤੇ ਸ਼ੌਕ ਨਹੀਂ ਪੈਦਾ ਹੋਈ, ਅੱਲਾਹ ਤਾਲਾ ਉਹਨਾਂ ਟੋਲਿਆਂ ਕੋਲ ਬਚਾਵੇ। ਆਖੋ ਆਮੀਨ। ਤੇ ਰੱਬ ਸਾਨੂੰ ਉਸ ਗਰੋਹ ਚੋਂ ਕਰੇ ਜਿਸ ਗਰੋਹ ਦੀ ਇਸਲਾਮ ਨਾਲ ਮੁਹੱਬਤ ਹੈ। ਕਾਹਦੇ ਨਾਲ ਤੇ ਅੱਲਾਹ ਫਰਮਾਉਂਦੇ ਨੇ ਨਾ ਹਾਜ਼ਾ ਸਿਰਾਤੀ ਮੁਸਤਕੀਮਨ ਫਤਬਿਉਹ। ਫਰਮਾਇਆ ਮੇਰਾ ਰਾਹ ਸਿੱਧਾ ਆਵੇ, ਫਰਮਾਇਆ ਇਸ ਸਿੱਧੇ ਰਾਹ ਤੇ ਚੱਲੋ, ਫਰਮਾਇਆ ਇਹ ਸਿੱਧਾ ਰਾਹ ਕਿਹੜਾ? ਨਹਾਜ਼ਾ ਸਿਰਾਤੀ ਮੁਸਤਕੀਮਨ ਫਤਬਿਉ ਵਲਾ ਤਤਬਿਉ ਸੁਬਲਾ। ਫਰਮਾਇਆ ਤੇ ਹੋਰ ਰਾਹਾਂ ਤੇ ਨਾ ਚੱਲਿਓ। ਜ਼ਾਲਿਕੁਮ ਵਸਾਕੁਮ ਬਿਹੀ ਲਾਲਕੁਮ ਤਤਕੂਨ। ਫਰਮਾਇਆ ਮੈਂ ਤੁਹਾਨੂੰ ਵਸੀਅਤ ਇਸ ਤੋਂ ਕੀਤੀ ਹੈ ਤੇ ਵਸੀਅਤ ਕੌਣ ਕਰਦਾ? ਖੋ ਵੱਡਾ ਕਿਹਨੂੰ ਕਰਦਾ? ਛੋਟੇ ਨੂੰ। ਰੱਬ ਫਰਮਾਉਂਦਾ ਵਸੀਅਤ, ਮੋਮਨੋ ਮੈਂ ਤੁਹਾਨੂੰ ਇਸ ਤੋਂ ਕੀਤੀ ਹੈ ਜੇ ਤੁਹਾਡੇ 'ਚ ਮੇਰਾ ਡਰ ਟਿੱਕਾ ਰਵੇ। ਮਸਲਾ ਨਿਕਲ ਗਿਆ, ਗੱਲ ਜ਼ਹਿਨ 'ਚ ਆ ਗਈ। ਜੇ ਸਾਨੂੰ ਦੁਨੀਆ 'ਚ ਮਕਸੂਦ ਪਤਾ ਵੇ,
ਔਰ ਸਾਡੇ ਦਿਨ ਚ ਕੀ ਹੈ ਸਾਡਾ ਮਕਸੂਦ ਆਖੋ ਇਸਲਾਮ ਦਾ ਹਸੂਲ ਕਾਦਾ ਤੇ ਜਿਹਨੂੰ ਇਸਲਾਮ ਚੰਗਾ ਹੀ ਨਹੀਂ ਲੱਗਦਾ ਅੱਲਾ ਉਹਦੇ ਕੋਲ ਬਚਾ ਲਿਆ ਡਰਾ ਡਰਾ ਪੈ ਮਾਰ ਦੇ ਮੇਰੀ ਸਲਾਮ ਆਇਆ ਤੇ ਕੰਮ ਖਰਾਬ ਹੋ ਜਾਏਗਾ ਜੇ ਚੋਰ ਦੇ ਹੱਥ ਵੱਢੇ ਜਾਣਗੇ ਚੋਰ ਦੇ ਹੋਰ ਕੀ ਹੋਵੇਗਾ ਇਸਲਾਮ ਆਇਆ ਤੇ ਕੰਮ ਖਰਾਬ ਹੋਵੇਗਾ ਕਿਉਂ ਲੋ ਜੀ ਬੀਬੀਆਂ ਨੂੰ ਕਹਿੰਦੇ ਨਾ ਕੰਮ ਖਰਾਬ ਜੇ ਚਾਦਰ ਲੈਣੀ ਪਵੇਗੀ ਕੀ ਜੀ ਤੇ ਉਹਦਾ ਨਾਂ ਕੀ ਰੱਖਦੇ ਨਾ ਆਖੋ ਚਾਦਰ ਦੀਵਾਰੀ ਕੀ ਤੇ ਚਾਰ ਦੀਵਾਰੀ ਚ ਰਹਿਣਾ ਪਏਗਾ ਚਾਦਰ ਦੀਵਾਰੀ ਚ ਰਹਿਣਾ ਪਏਗਾ ਉਧਰੋਂ ਬੀਬੀਆਂ ਨੂੰ ਪੈ ਡਰਾਉਂਦੇ ਨੇ ਉਧਰੋਂ ਦੂਜਿਆਂ ਨੂੰ ਡਰਾਉਂਦੇ ਨੇ ਮੈਂ ਚੋਰ ਦਾ ਹੱਥ ਤੇ ਆਖਦੇ ਕੀ ਇਸਲਾਮ ਬੜਾ ਔਖਾ ਜੇ ਤੇ ਇੱਕ ਹੋਰ ਸ਼ੋਸ਼ਾ ਵੀ ਛੋੜ ਦਿੱਤਾ ਵੀ ਜੇ ਕਦੇ ਇਸਲਾਮ ਆਇਆ ਨਾ ਤਾਂ ਹਰ ਘਰ ਚ ਚਾਰ ਬੀਵੀਆਂ ਹੋਣਗੀਆਂ ਕਿੰਨੀਆਂ ਜੀ ਨਾਲ ਗੋਲੀਆਂ ਵੀ ਦੱਸੀਆਂ ਨੇ ਕਿਤਨੀਆਂ ਨਾਲ ਗੋਲੀਆਂ ਵੀ ਹੋਣਗੀਆਂ ਬਈ ਬੀਬੀਆਂ ਕਮਲੀਆਂ ਕਮਜ਼ੋਰੋ ਨਕਲ ਤੇ ਉਹਨੂੰ ਤੇ ਰੌਲਾ ਪਾ ਦੇਣਗੀਆਂ ਤੇ ਇਹ ਨਹੀਂ ਦੱਸਦੇ ਵੀ ਇਸਲਾਮ ਨੇ ਉਹਨੂੰ ਚਾਰ ਬੀਬੀਆਂ ਰੱਖਣ ਦੀ ਇਜਾਜ਼ਤ ਦਿੱਤੀ ਹੈ ਜਿਹੜਾ ਅਦਾਲਤ ਕਰ ਸਕੇ ਕੀ ਕਰ ਸਕੇ ਅੱਲਾ ਤਾਦਲੂ ਫਵਾਹਿਦਾ ਫਰਮਾ ਜੇ ਅਦਲ ਨਾ ਕਰ ਸਕੋ ਫਿਰ ਇੱਕੋ ਬੀਵੀ ਹੋਵੇ ਫਿਰ ਇੱਕੋ ਜਿਹਾ ਕੱਪੜਾ ਦਿਓ ਇੱਕੋ ਜਿਹੀਆਂ ਬਾਰੀਆਂ ਮੁਕਰਰ ਕਰੋ ਇੱਕੋ ਜਿਹਾ ਰਿਜ਼ਕ ਦਿਓ ਅਗਰ ਇਹ ਨਾ ਕਰ ਸਕੋ ਤੇ ਅਦਲ ਕਾਇਮ ਕਰਨਾ ਬੀਬੀਆਂ ਚ ਆਖੋ ਬੜੀ ਔਖੀ ਗੱਲ ਹੈ ਕੀ ਆਖਿਆ ਅੱਲਾ ਦੇ ਹਬੀਬ ਤੋਂ ਵੱਡਾ ਵੀ ਕੋਈ ਆਦਲ ਹੋ ਸਕਦਾ ਬੋਲੋ ਆਖੋ ਜੀ ਦੇ ਤੇ ਬੀਬੀਆਂ ਕੋਲ ਰੁੱਸੇ ਨੇ ਕਿ ਨਹੀਂ ਆਖੋ ਜੀ ਰੁੱਸੇ ਨੀ ਤਸ਼ਰੀਫ ਲੈ ਗਿਆ ਉਹਦਾ ਦਰਵਾਜ਼ਾ ਸੀ ਸਿਆਬਾ ਥੱਲੇ ਜਾਂਦੇ ਆ ਰੋਂਦੇ ਆ ਹਜ਼ੂਰ ਦੀ ਨਾਰਾਜ਼ਗੀ ਦੀ ਵਜ੍ਹਾ ਨਾਲ ਹਜ਼ੂਰ ਨਾਰਾਜ਼ ਹੋ ਗਿਆ ਕਿਸੇ ਬੀਬੀ ਨੇ ਆਖਿਆ ਮੈਨੂੰ ਗੁਰਦੇ ਜਮਾਨੀ ਖਰੀਦ ਦਿਓ ਕਿਸੇ ਨੇ ਆਖਿਆ ਮੈਨੂੰ ਫਲਾਣਾ ਜ਼ੇਵਰ ਬਣਾ ਦਿਓ ਕਿਸੇ ਨੇ ਆਖਿਆ ਮੈਨੂੰ ਫਲਾਣੀ ਚੀਜ਼ ਖਰੀਦ ਦਿਓ ਅੱਲਾ ਦੇ ਹਬੀਬ ਨੇ ਫਰਮਾ ਬਸ ਤੁਸੀਂ ਮੇਰੇ ਨਾਲ ਰੂਹਾਨੀ ਰਿਸ਼ਤਾ ਰੱਖ ਦਿਓ ਕਿ ਦੁਨੀਆਂ ਦਾ ਰਿਸ਼ਤਾ ਰੱਖ ਦਿਓ ਹਜ਼ੂਰ ਨਾਰਾਜ਼ ਹੋ ਗਿਆ ਅੱਲਾ ਤਾਲਾ ਨੇ ਇਜਾਜ਼ਤ ਫਰਮਾ ਦਿੱਤੀ ਮੈਂ ਮੇਰੇ ਮਹਬੂਬ ਇਹਨਾਂ ਨੂੰ ਆਖ ਇਨ ਕੁੰਤੁਨਾ ਤੁਰਿਦਨ ਹਯਾਤ ਦੁਨੀਆ ਵਜ਼ੀਨਤਾ ਫਤਾਲੀਨਾ ਉਮਤੇ ਕੁਨਾ ਬਾਉਸਰਖ ਕੁਨਾ ਸਲਾਖਨ ਜਮੀਲਾ ਜੇ ਦੁਨੀਆ ਦੀ ਜ਼ੀਨਤ ਚਾਹੁੰਦੀ ਹੋ ਤੇ ਆਓ ਮੇਰੇ ਕੋਲ ਦੁਨੀਆ ਦਾ ਮਾਲ ਲੈ ਲਓ ਪਰ ਮੈਂ ਤੁਹਾਨੂੰ ਰੁਖਸਤ ਕਰ ਦੇਣਾ ਤੁਹਾਨੂੰ ਤੇ ਜੇ ਕੁਝ ਇਨ ਕੁੰਤੁਨਾ ਤੁਰਿਦਨ ਆਖਰਤ ਆ ਤੇ ਕਦੇ ਤੁਸੀਂ ਆਖਰਤ ਨੂੰ ਚਾਹੁੰਦੇ ਹੋ ਤੇ ਅੱਲਾ ਦੇ ਦਿੱਤੇ ਹੋਏ ਲਿਬਾਸ ਨੂੰ ਪਹਿਨੋ ਤੇ ਮੋਮਨ ਦਾ ਲਿਬਾਸ ਕਿਹੜਾ ਆਖੋ ਤਕਵਾ ਕਿਹੜਾ ਕਿਹੜਾ ਉਹ ਲਿਬਾਸ ਹੈ ਤਕਵਾ ਪਹਿਨੋ ਫਿਰ ਗੁਰਦੇ ਜਮਾਨੀ ਨਾ ਮੰਗੋ ਫਿਰ ਜ਼ੇਵਰ ਨਾ ਮੰਗੋ ਇਹ ਨਾ ਮੰਗੋ ਇਹ ਆਏ ਤੇ ਤਖੀਰ ਨਾਜ਼ਲ ਹੋਈ ਹਜ਼ੂਰ ਜਿਹਨੇ ਤੇ ਤਸ਼ਰੀਫ ਲੈ ਗਏ ਸਨ ਤੇ ਜਦ ਬੀਬੀਆਂ ਦੇ ਅੰਦਰ ਅਦਾਲਤ ਕਾਇਮ ਰੱਖਣੀ ਅੱਲਾ ਦੇ ਹਬੀਬ ਦਾ ਵੀ ਇਹ ਹਾਲ ਆਇਆ ਤੇ ਮੇਰਾ ਤੇਰਾ ਕੀ ਹਾਲ ਹੈ ਅਸੀਂ ਚਾਰ ਰੱਖ ਸਕਦੇ ਹਾਂ ਬੋਲੋ ਨਾ ਉੱਚਾ ਬੋਲੋ ਨਾ ਤੇ ਅੱਜ ਦੇ ਜ਼ਮਾਨੇ ਚ ਅੱਲਾ ਰਹਿਮ ਕਰੇ ਇਹ ਐਡੀਆਂ ਹਰੀਸ ਹੁੰਦੀਆਂ ਲਿਬਾਸ ਜ਼ੇਵਰ ਦੇ ਮਸਲੇ ਦੇ ਵਿਚਕਾਰ ਜੇ ਕਦੇ ਇਹਨਾਂ ਦੀ ਮਾਂਗ ਤੇ ਡਿਮਾਂਡ ਪੂਰੀ ਨਹੀਂ ਹੋ ਸਕਦੀ ਪਰ ਡਰਾ ਡਰਾ ਮਾਰ ਦਿੱਤਾ ਤਾਂ ਕਿ ਕਿਧਰੇ ਕਮਲੀਆਂ ਸਾਡੇ ਆਖੇ ਲੱਗ ਜਾਣ ਦੂਜਿਆਂ ਨੂੰ ਡਰਾਇਆ ਮਰਦਾਂ ਨੂੰ ਜੇ ਕਦੇ ਇਸਲਾਮ ਆਇਆ ਹੱਥ ਕੱਪਾ ਹੋਣਗੇ ਤੇ ਪੱਥਰ ਮਾਰੇ ਜਾਣਗੇ ਤੇ ਹੌਲੇ ਹੌਲੇ ਕਹਿੰਦੇ ਨੇ ਸੈਰਵੇਂ ਬੰਦ ਹੋ ਜਾਣਗੇ ਕੀ ਸ਼ਾਇ ਸੈਰਵੇਂ ਬੰਦ ਹੋ ਜਾਣਗੇ ਤੇ ਕੁਝ ਜਿੰਦਾ ਸੈਨਵੇਂ ਆਪ ਵੇਖਾਂਦੇ ਨੇ ਉਹਨਾਂ ਦੀਆਂ ਬੀਬੀਆਂ ਕਾਕੀਆਂ ਪਈਆਂ ਵੇਖਾਂਦੀਆਂ ਸੈਨਵੇਂ ਬੰਦ ਹੋ ਜਾਣਗੇ ਔਰ ਕੰਮ ਖਰਾਬ ਹੋ ਜਾਏਗਾ ਕੱਲ ਪਰਸੋਂ ਇੱਕ ਪਿਆ ਕੇ ਲਓ ਜੀ ਪਹਿਲੀ ਗੱਲ ਤੇ ਬਿਸਮਿਲਾ ਸ਼ੁਰੂ ਹੋ ਗਈ ਜੀ ਇਸਲਾਮ ਦੀ ਅਮਲ ਤੇ ਕੀ ਰੇਸ ਕੋਰਸ ਬੰਦ ਹੋ ਗਈ ਕਿ ਉਹ ਜਿਹੜੇ ਘੋੜਿਆਂ ਤੇ ਲੱਗਦੇ ਆ ਨਾ ਪੈਸੇ ਸ਼ੈਸੇ ਉਹ ਬੰਦ ਹੋ ਗਏ ਉਹ
ਬੰਦ ਹੋ ਗਿਆ ਆਖਣ ਲੱਗਾ ਪਾਲਾ ਕੰਮ ਤੇ ਖਰਾਬ ਹੈ, ਕਿਉਂਕਿ ਜੂਆ ਮੁਲਕ ਚੋਂ ਹਟ ਜਾ ਤੇ ਕੰਮ ਬੜਾ ਖਰਾਬ ਹੋ ਜਾਂਦਾ ਕੰਮ, ਤੇ ਚੋਰੀ ਮੁਲਕ ਚੋਂ ਹਟ ਜਾ ਤੇ ਕੰਮ ਬੜਾ ਖਰਾਬ ਹੋ ਜਾਂਦਾ, ਤੇਰੇ ਪੱਲੇ ਕੱਖ ਨਹੀਂ ਜਾਂਦਾ ਜੀ। ਕਿਉਂ? ਉਹਦੇ ਨਾਲ ਫਿਰ ਝੂਠ ਵੀ ਬੰਦ ਹੋਵੇਗਾ। ਕੀ ਬੰਦ ਹੋਵੇਗਾ? ਫਿਰ ਧੋਖੇ ਨਾਲ ਕਿਸੇ ਦੀ ਚੀਜ਼ ਲੈਣੀ ਵੀ ਬੰਦ ਹੋਵੇਗੀ, ਫਿਰ ਉਹਦੇ ਨਾਲ ਕੀਮਤ ਵੀ ਬੰਦ ਹੋਵੇਗੀ, ਤਿੰਨ ਚੀਜ਼ਾਂ ਬੰਦ ਹੋ ਗਈਆਂ, ਤੇ ਫਿਰ ਮੁਸਲਮਾਨ ਦੇ ਪੱਲੇ ਕੀ ਰਿਹਾ? ਆਖੋ ਫਿਰ ਤਾਂ ਕੱਖ ਨਹੀਂ ਰਿਹਾ ਫਿਰ ਤੇ, ਕਿਉਂਕਿ ਮੁਸਲਮਾਨ ਦੀ ਸ਼ਾਨ ਹੈ। ਫਿਰ ਹੋਰ ਕੀ ਆਖਦੇ ਨੇ, ਹੋਰ ਕੀ ਆਖਦੇ ਨੇ? ਆਖਦੇ ਨਾ ਇਸਲਾਮ ਮੂੰਹ ਨਾਲ ਆਖਣਾ ਚੰਗਾ ਜੀ, ਵਰਤੇਬੇ ਚ ਔਖਾ ਜੇ। ਕੀ? ਵਰਤੇਬੇ ਚ ਔਖਾ। ਔਰ ਇਹ ਵੀ ਬੇਲੀ ਪਿੱਛੇ ਪਿੱਛੇ ਆਖਦਾ ਗੱਲ ਠੀਕ ਹੈ, ਗੱਲ ਹੌਲੀ ਹੌਲੀ ਘਰ ਜਾ ਨਾ, ਬੀਬੀ ਨੇ ਆਖਦਾ ਤੂੰ ਵੀ ਕੁਛ ਸੁਣਿਆ? ਆਹੋ ਮੈਂ ਵੀ ਕੁਛ ਸੁਣਿਆ। ਸਲਾਮਾਂ ਪਈਆਂ ਹੁੰਦੀਆਂ ਨੇ ਕਿਹਨਾਂ ਦੇ ਘਰ? ਆਖੋ ਮੁਸਲਮਾਨਾਂ ਦੇ ਘਰ। ਕਿਹਨਾਂ ਦੇ ਘਰ ਜੀ? ਜਿਹਨੂੰ ਇਹ ਨਹੀਂ ਪਤਾ ਕਿ ਮੇਰਾ ਮਕਸੂਦ ਕੀ ਹੈ, ਉਹਦਾ ਤਰੀਕਾ ਕਿਹੜਾ, ਮੈਂ ਤੌਫੀਕ ਕਿੰਨੇ ਮੰਗਣੀ, ਔਰ ਪੈਰ ਰੌਲਾ ਗਿਆ ਜੀ ਸਲਾਮ ਆਇਆ ਤੇ ਕੰਮ ਖਰਾਬ ਹੋ ਜਾਏਗਾ। ਜਨਾਬੇ ਰੂਪੀ ਨੇ ਇੱਕ ਮਿਸਾਲ ਦਿੱਤੀ ਵੀ ਚੰਨ ਚੜਿਆ, ਕੀ ਚੜਿਆ? ਕੀ ਚੜਿਆ? ਤੇ ਬੀਬੀ ਕੋਈ ਆਪਣੇ ਕਾਕੇ ਨੂੰ ਟੁੱਟੀ ਠੀਕ ਕਰਾਉਂਦੀ ਸੀ, ਕਾਕੇ ਨੂੰ ਧੋਤੋ, ਉਸ ਤੇ ਕੁਝ ਗਲਾਜ਼ਤ ਉਂਗਲੀ ਨਾ ਰਹਿ ਗਈ, ਕਦੇ ਨਾ ਜੀ ਪੂਰਾ ਹੱਥ ਤੇ ਮਾਂ ਘੱਟ ਹੀ ਧੋ ਸਕਦੀ, ਤੇ ਕਾਕਾ ਵੀ ਹੁਸ਼ਿਆਰ ਹੋਣਾ, ਆਗਣਾ ਵੀ ਉਹਦਾ ਚੰਗਾ ਹੋਣਾ, ਉਹ ਕੁਝ ਉਂਗਲੀ ਨਾਲ ਗਲਾਜ਼ਤ ਰਹਿ ਗਈ ਨੇ, ਤੇ ਚੰਨ ਵੇਖਣ ਲੱਗੀਆਂ ਤੇ ਉਹ ਵੀ ਵੇਖਣ ਲੱਗੀ, ਤੇ ਚੰਨ ਵੇਖਦੇ ਵੇਖਦੇ ਉਹਨੇ ਉਂਗਲੀ ਨੱਕ ਤੇ ਰੱਖ ਦਿੱਤੀ। ਕਿੱਥੇ? ਕਿੱਥੇ? ਨੱਕ ਤੇ ਰੱਖੀ ਨੇ, ਤੇ ਬੋ ਆਈ, ਉਹ ਸੱਖ ਲੱਗਾ ਬੜਾ ਗੰਦਾ ਚੰਨ ਚੜਿਆ, ਕਿਉਂ ਜਾਣੇ ਕਹਿੰਦੇ ਹੀ ਬੋ ਆਈ ਉਹਦੀ, ਇਸਲਾਮ ਬੜਾ ਔਖਾ ਜੀ, ਬੜਾ ਜੀ, ਤੌਬਾ ਕਰੋ, ਪੁੱਛ ਕਰ ਕਾਨੂੰਨ ਦੇ ਮੁਸਲਮਾਨ ਕੋਲ, ਆ ਜਾ ਜਰਬ ਦੀ ਜ਼ਮੀਨ ਚਲੇ ਗੱਡੜੀ ਪਈ ਹੋਈ ਹੈ, ਕੋਈ ਛੂ ਨਹੀਂ ਸਕਦਾ। ਮੇਰੇ ਸਾਹਮਣੇ ਵਾਕਿਆ ਹੋਇਆ, ਕੱਚ ਦੇ ਬਰਤਨਾਂ ਦੀ ਬੋਰੀ ਹੈ, ਆ ਕੇ ਮੈਂ ਵਕਤ ਨੂੰ ਇਤਲਾਹ ਦਿੱਤੀ ਗਈ, ਇੱਕ ਮੁਸਾਫਰ ਨੇ ਇਤਲਾਹ ਦਿੱਤੀ ਕਿ ਰਾਤ ਕੱਚ ਦੇ ਬਰਤਨਾਂ ਦੀ ਬੋਰੀ ਗਿਰੀ ਹੋਈ। ਉਹਨਾਂ ਨੂੰ ਪੁੱਛਿਆ ਤੈਨੂੰ ਕਿੰਝ ਪਤਾ ਲੱਗਾ? ਬੋਰੀ ਚ ਬੰਧਨ ਜਿਹਨੇ ਬੰਧਨ ਸ਼ਕਲ ਹੁਲੀਆ ਬੰਧੇ, ਕਿਸ ਤਰ੍ਹਾਂ ਪਤਾ ਲੱਗਾ? ਉਸ ਆਖਿਆ ਮੈਂ ਠਿੱਡਾ ਮਾਰਿਆ ਤੇ ਮੈਨੂੰ ਕੱਚ ਦੀ ਆਵਾਜ਼ ਆਈ। ਉਹਨਾਂ ਆਖਿਆ ਠੀਕ ਹੈ, ਬੋਰੀ ਤੇ ਉਠਾਈ ਜਾ ਗਈ, ਲੇਕਿਨ ਤੂੰ ਪਹਿਲੇ ਸਜ਼ਾ ਉਠਾ, ਪਹਿਲੇ ਜਿਹੜੇ ਕੱਚ ਦੇ ਵਿੱਚ ਬਰਤਨ ਟੁੱਟ ਗਿਆ ਉਹਦਾ ਜ਼ਿੰਮੇਵਾਰ ਕੌਣ? ਇਹ ਮਦਦ ਸਾਨੂੰ ਚਾਹੀਦਾ, ਬੋਲੋ ਜੀ ਨਾ ਜੀ ਨਾ, ਇਹ ਤਾਂ ਕੰਮ ਖਰਾਬ ਹੈ। ਔਰ ਕੀ ਆ ਗਿਆ? ਆਖੋ ਜੀ ਇਸਲਾਮ ਕੋਲੋਂ ਬੋ ਆ ਗਈ, ਇਸਲਾਮ ਕੋਲੋਂ ਬੋ ਆ ਗਈ ਆਦਨ, ਹਾਏ ਇਸਲਾਮ ਆਇਆ ਤਾਂ ਜੋ ਪਈ ਆਖਦੀ ਵੀ ਕਿ ਜਾ ਸੜਿਆ ਆ ਚੰਨ ਚੜਿਆ, ਕਿਹੜੀ ਬੋ ਆਈ ਸੀ? ਮੇਰੇ ਦੋਸਤਾ, ਮੁੱਤਾਂ ਤੋਂ ਦੁਆਵਾਂ ਮੰਗਣਾ ਆ, ਤੇਰਾ ਪਿਓ ਮੰਗਦਾ ਸੀ, ਤੇਰਾ ਦਾਦਾ ਨੇਕ ਹੋਣਾ, ਪਰਦਾਦਾ ਨੇਕ ਹੋਣਾ, ਕਦੇ ਤੈਨੂੰ ਖੁਦਾ ਦਾ ਖੌਫ ਆਇਆ? ਤੂੰ ਦਿਲ ਵਿੱਚ ਦੁਆ ਮੰਗੀ ਹੋਣੀ, ਯਾ ਅੱਲਾ ਮੈਨੂੰ ਉਹ ਮੁਬਾਰਕ ਤੇ ਨੂਰਾਨੀ ਜ਼ਮਾਨਾ ਵਿਖਾ, ਕਿਸ ਦਾ? ਤੇ ਕੁਰਾਨ ਦੀ ਹਕੂਮਤ ਦਾ, ਇਹਦਾ ਤੇ ਕੁਰਾਨ ਦੀ ਹਕੂਮਤ ਦਾ ਜ਼ਮਾਨਾ ਵਿਖਾ, ਇਸਲਾਮ ਦਾ ਦੌਰ ਦੌਰਾ ਵਿਖਾ, ਖੁਲਾਫਾ ਰਾਸ਼ਦੀਨ ਦਾ ਜ਼ਮਾਨਾ ਵਿਖਾ, ਜੇ ਤੇ ਇਨਸਾਫ ਦਾ ਹਾਲ ਹੈ ਕਿ ਖਲੀਫਤ ਮੁਸਲਮੀਨ ਜਨਾਬ ਉਮਰ ਫਾਰੂਕ ਬਾਜ਼ਾਰ ਜਾ ਰਹੇ, ਇੱਕ ਮਰਦ ਤੇ ਔਰਤ ਸਰੇ ਬਾਜ਼ਾਰ ਗੱਲ ਕਰ ਰਹੇ, ਜਨਾਬ ਖਲੀਫਤ ਮੁਸਲਮੀਨ ਨੇ ਮਰਦ ਦੀ ਪਿੱਠ ਤੇ ਕੋੜਾ ਮਾਰਿਆ, ਉਸ ਘਰ ਸਰੇ ਬਾਜ਼ਾਰ ਔਰਤ ਨਾਲ ਗੱਲਾਂ ਕਰਨਾ, ਉਹ ਆਖ ਕੀਤੀ ਖਲੀਫਤ ਮੁਸਲਮੀਨ ਨੇ ਮੇਰੀ ਦੀਦੀ ਮੇਰੀ ਮੈਂ ਹੱਕਦਾਰ, ਲੇਕਿਨ ਇਹ ਮੇਰੀ ਖਰਾਬੀ ਨਹੀਂ, ਖਰਾਬੀ ਖਲੀਫਤ ਮੁਸਲਮੀਨ ਤੁਹਾਡੀ ਹੈ,
ਤੁਸੀਂ ਸ਼ਹਿਰ ਦੇ ਕਿਨਾਰੇ ਤੇ ਕੋਈ ਜਗ੍ਹਾ ਨਹੀਂ ਬਣਾਈ ਜਿੱਥੋਂ ਬਾਹਰ ਦਾ ਕੋਈ ਮਰਦ ਤੇ ਔਰਤ ਮੁਸਾਫਰ ਆਉਣ ਤੇ ਮਸ਼ਵਰਾ ਕਰ ਸਕਣ। ਬਾਜ਼ਾਰ ਦੀ ਖਰੀਦ ਤੇ ਖਾਣ ਤੇ ਬੀਬੀ ਅਸੀਂ ਮਸ਼ਵਰਾ ਪੈ ਕਰਨੇ ਆ। ਇਸ ਵਾਸਤੇ ਮੈਂ ਇਹਦੇ ਨਾਲ ਕਲਾਮ ਕਰ ਰਿਹਾ, ਗੁਰੂ ਨਾਨਕ ਤਕਬੀਰ ਬਹੁਤੇ ਨਾਰੇ ਮਾਰੇ ਨੇ ਤੇ ਮਕਸੂਦ ਰਹਿ ਜਾਏਗਾ, ਸਮਝ ਗਿਆ ਨਾ। ਨਹੀਂ ਤੇ ਚੰਗਾ ਪਹਿਲੇ ਨਾਤਾਂ ਪਾਪੜ ਗਿਆ, ਮੈਨੂੰ ਦਮਾਂ ਪਿਆ ਲੱਗਦਾ, ਸਮਝ ਗਿਆ। ਮੈਂ ਮੋਇਆ ਮਾਰਿਆ ਮਰੀਜ਼ ਇਨਸਾਨ, ਔਰ ਪਿਛਲੇ ਦਿਨ ਵਿੱਚ ਅਜੀਬ ਸਦਮਿਆਂ ਨਾਲ ਦੂਜਾ ਖੁਦਾ ਜਾਣੇ ਕਿਹੜੀ ਰੂਹਾਨੀ ਕੈਫੀਅਤ ਫਿਰ ਅਜ਼ਾਬ ਪੈਦਾ ਕਰ ਦਿੰਦੀ, ਫਿਰ ਜਾਗੇ ਦੀ ਲੰਘਦੀ, ਫਿਰ ਤਬੀਅਤ ਬੇਕੀ ਵੱਲ ਮਾਇਲ ਹੋ ਜਾਂਦੀ। ਖਟਨ ਮੰਜ਼ਲਾਂ ਮੁਸ਼ਕਿਲ ਰਾਹਾਂ ਲੇਕਿਨ ਮੁਹੱਬਤ ਦੇ ਤਕਾਜ਼ੇ ਨੂੰ ਹੁਣ ਕੋਈ ਨਾਰਾ ਨਹੀਂ ਲਗਾਉਣਾ ਤਾਂ ਕਿ ਤੁਸੀਂ ਮਕਸੂਦ ਨੂੰ ਸਮਝ ਸਕੋ। ਮੇਰੇ ਦੋਸਤੋ, ਇਹਨਾਂ ਨੂੰ ਇਸਲਾਮ ਕੋਲੋਂ ਕਿਉਂ ਬੁਲਾਈਏ? ਆਖੋ ਇਹਨਾਂ ਨੂੰ ਨਮਾਜ਼ਾਂ ਪੜ੍ਹਨੀਆਂ ਔਖੀਆਂ ਲੱਗੇ, ਨਮਾਜ਼ਾਂ ਪੜ੍ਹਨੀਆਂ, ਰੋਜ਼ੇ ਰੱਖਣੇ ਔਖੇ ਲੱਗੇ, ਮਸਜਿਦ ਜਾਣਾ ਔਖਾ ਲੱਗਾ। ਇਸ ਵਾਸਤੇ ਇਹਨਾਂ ਨੂੰ ਇਸਲਾਮ ਕੋਲੋਂ ਬੁਲਾਈਏ ਤੇ ਨੁਕਸਾਨ ਕਿੱਥੇ ਹੋਏ, ਖਰਾਬੀ ਕਿੱਥੋਂ ਹੋਈ? ਕੋਈ ਇਸਲਾਮ ਵਿੱਚ ਨੁਕਸ ਹੈ ਨਾ? ਆ ਜ਼ਮਾਨਾ ਵੇ ਮੁਸਾਵਾਤ ਦੀ ਪੁਕਾਰ ਕਰਨ ਵਾਲਿਆ, ਆ ਜ਼ਮਾਨਾ ਵੇ ਖਲੀਫਤੁਲ ਮੁਸਲਮੀਨ ਨੂੰ ਜਿਸ ਵੇਲੇ ਉਹਨੇ ਜਵਾਬ ਦਿੱਤਾ, ਜਨਾਬੇ ਉਮਰ ਫਾਰੂਕ ਨੇ ਆਪਣਾ ਕੋੜਾ ਉਹਦੇ ਹੱਥ ਵਿੱਚ ਫੜਾ ਦਿੱਤਾ, ਫਰਮਾ ਮੇਰੀ ਕੰਡ ਚ ਮਾਰ ਇੱਕ ਜੁਰਮ ਮੇਰਾ ਤੇਰਾ ਨੂੰ। ਰੌਲਾ ਪੈ ਗਿਆ, ਲੋਕ ਇਕੱਠੇ ਹੋ ਗਏ, ਕਹਿੰਦਾ ਜਲਾਲਤ ਮਾਬ ਖਲੀਫਾ ਜਿਹਦੇ ਕੋਲੋਂ ਜਿਹਦੇ ਕੋਲੋਂ ਯੂਰਪ ਦੀਆਂ ਤਾਕਤਾਂ ਦੀਆਂ ਡਰਦੀਆਂ, ਅੱਜ ਕੋੜਾ ਇੱਕ ਮਜ਼ਲੂਮ ਦੇ ਹੱਥ ਵਿੱਚ ਫੜਾ ਲਿਆ। ਪੁੱਛਿਆ ਕੀ ਹੋਇਆ? ਫਰਮਾਓ ਇਹਨੂੰ ਇਹ ਕੋੜਾ ਮੈਂ ਮਾਰਿਆ, ਕੋੜੇ ਦਾ ਮੁਸਤਹਿਕ ਨਹੀਂ, ਜੁਰਮ ਮੇਰਾ, ਮੈਂ ਅਲੱਗਾ ਜਗ੍ਹਾ ਨਹੀਂ ਬਣਾਈ ਜਿੱਥੇ ਖਾਵਨ ਤੇ ਬੀਵੀ ਮਸ਼ਵਰਾ ਕਰਦੇ ਬਾਹਰ ਦੇ ਆਉਣ ਵਾਲੇ। ਇਹਨੂੰ ਆਖੋ ਮੇਰੀ ਕਮਰ 'ਚ ਕੋੜਾ ਮਾਰੋ, ਕੋੜਾ ਨਹੀਂ ਮਾਰਤਾ। ਕਿਸੇ ਨੇ ਹਲੀ ਜਾ ਉਸ ਆਦਮੀ ਨੂੰ ਆਖਿਆ ਤੂੰ ਆਖ ਲੀਜ਼ਾ ਤੁਲ ਮੁਸਲਿਮ, ਮੈਂ ਅੱਲਾ ਵਾਸਤੇ ਤੁਹਾਨੂੰ ਬਖਸ਼ ਦਿੱਤਾ, ਅੱਲਾ ਵਾਸਤੇ ਤੁਹਾਨੂੰ ਉਹੀ ਕੋੜੇ ਆ ਜਿਹੜੇ ਅੱਜ ਕੱਲ੍ਹ ਅਖਬਾਰ 'ਚ ਬੜੇ ਮੁੱਦਤ ਤੋਂ ਬਾਅਦ ਪੜ੍ਹਨ ਲੱਗੇ। ਆਖੋ ਜੀ ਪੜ੍ਹੇ ਜੀ, ਅੱਜ ਇੱਕ ਬਹੁਤ ਬੜੇ ਆਦਮੀ ਦੇ ਮੁਤਲਕ ਲਿਖਿਆ ਵੀ ਉਹਨੂੰ 10 ਕੋੜਿਆਂ ਦੀ ਸਜ਼ਾ ਤੇ 2 ਲੱਖ ਜੁਰਮਾਨਾ ਹੋਇਆ, ਇੱਕ ਨੂੰ 5 ਕੋੜਿਆਂ ਦੀ ਸਜ਼ਾ 5 ਮਾਫ ਕਰ ਦਿੱਤੀ ਗਈ ਹੈ ਤੇ ਉਹਦੇ ਉੱਤੇ 3 ਜੁਰਮਾਨਾ ਹੋਇਆ। ਉਹ ਕੌਣ ਆਖੋ ਲੁਟੇਰੇ? ਕੌਣ? ਜਿਨ੍ਹਾਂ ਦੇ ਕੌਮ ਦੇ ਸਰਮਾਏ, ਹਸਪਤਾਲਾਂ ਦੇ ਸਰਮਾਏ, ਯਤੀਮ ਖਾਨਿਆਂ ਦੇ ਸਰਮਾਏ ਔਰ ਸਲਾਬ ਜ਼ਦਿਆਂ ਦੇ ਸਰਮਾਏ ਖਾ ਖਾ ਕੇ ਆਪਣੀ ਜ਼ਰੂਰੀਅਤ ਪੂਰੀਆਂ ਕੀਤੀਆਂ, ਉਹਨਾਂ ਨੂੰ ਕਾਹਦੇ ਕੋਲ ਡਰ ਲੱਗਦਾ? ਆਖੋ ਇਸਲਾਮ ਕੋਲ, ਕਾਹਦੇ ਕੋਲੋਂ? ਵਰਨਾ ਕੁਰਬਾਨ ਜਾਵਾਂ, ਇਹੋ ਇਮਰਾਨੀ ਦੌਰ ਹੈ ਜਿਹਦੇ ਚ ਮੁਸਾਵਾਤ ਦਾ ਜ਼ਮਾਨਾ ਹੋਵੇਗਾ, ਹਰ ਆਦਮੀ ਦੀ ਜ਼ਰੂਰਤ ਰੱਖੀ ਜਾਏਗੀ ਔਰ ਫਿਰ ਖਲੀਫਤੁਲ ਮੁਸਲਮੀਨ ਦਾ ਹਾਲ ਹੋਵੇਗਾ। ਇਹਦਾ ਅੰਦਾਜ਼ਾ ਲਗਾਵੇ ਜੈਸੇ ਜਨਾਬੇ ਉਮਰ ਫਾਰੂਕ, ਜਨਾਬੇ ਅਬੂਬਕਰ ਸਦੀਕ ਦਾ ਮਸ਼ਹੂਰ ਵਾਕਿਆ ਕਿ ਆਪ ਨੂੰ ਰਾਤ ਨੂੰ ਸਫ਼ਰ ਕਰ ਰਹੇ ਹਨ, ਸ਼ਹਿਰ ਚ ਫਿਰ ਰਹੇ ਹਨ ਮਦੀਨਾ ਮਨੋਵਰਾ, ਇੱਕ ਘਰ ਚ ਰੋਣੇ ਦੀ ਆਵਾਜ਼ ਆਉਂਦੀ, ਅੱਗ ਬਲਦੀ ਹੈ ਬੱਚੇ ਚੁੱਪ ਕਰ ਜਾਂਦੇ, ਅੱਗ ਬੁੱਝ ਜਾਂਦੀ ਹੈ ਬੱਚੇ ਰੋਂਦੇ ਨੇ। ਆਪਣੇ ਦਰਵਾਜ਼ੇ ਤੇ ਦਸਤਕ ਦੇ ਕੇ ਪੁੱਛਿਆ ਬੀਬੀ ਕੀ ਗੱਲ ਹੈ? ਉਸ ਆਖਿਆ ਕੀ ਪੁੱਛਣਾ? ਖਲੀਫੇ ਨੇ ਵਜ਼ੀਫੇ ਬੰਦ ਕਰ ਦਿੱਤੇ, ਮੇਰਾ ਕੋਈ ਕਮਾਣੇ ਵਾਲਾ ਨਹੀਂ,